ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜੋ ਕਰੇਗੀਵਨ ਗੁਰਦੁਆਰਾ ਸਾਹਿਬ ਤੋਂ ਰੈਲੀ ਕਰ ਰਹੇ ਹਾਂ ਜੀ ਕਿਸਾਨ ਮਜ਼ਦੂਰ ਏਕਤਾ ਦੇ ਲਈ, ਅਤੇ ਇਹਦਾ ਸਾਡਾ ਮੇਨ ਮਕਸਦ ਇਹੀ ਹੈ ਜੀ ਜਿਹੜੇ ਸਾਡੇ ਵੀਰ ਭਰਾ ਬੈਠੇ ਨੇ ਦਿੱਲੀ ਦੇ ਵਿੱਚ ਇਕੱਠੇ ਹੋਏ ਨੇ ਉਹਨਾਂ ਦੀ ਅਸੀਂ ਸਪੋਰਟ ਕਰ ਸਕੀਏ, ਅਤੇ ਅਸੀਂ ਉਹਨਾਂ ਦੇ ਹੱਕ ਜੋ ਆਪਣੇ ਹੱਕਾਂ ਦੀ ਮੰਗਾਂ ਕਰ ਰਹੇ ਨੇ ਉਹਨਾਂ ਦੇ ਅਸੀਂ ਹੱਕ ਦਵਾ ਸਕੀਏ। ਸਾਡੀ ਰੈਲੀ ਦਾ ਮੇਨ ਮਕਸਦ ਹੈ ਜੀ ਅਸੀਂ ਉਹਨਾਂ ਆਪਣੀ ਇਸ ਰੈਲੀਆਂ ਕਰਕੇ ਇੰਡੀਆ ਦੀ ਜਿਹੜੀ ਸਰਕਾਰ ਜੋ ਗਲਤ ਬਿੱਲ ਬਣਾ ਰਹੀ ਹੈ ਕਾਨੂੰਨ ਪਾਸ ਕਰ ਰਹੇ ਨੇ ਉਹਨਾਂ ਨੂੰ ਅਸੀਂ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਸਕੀਏ ਤਾਂ ਕਿ ਉਹ ਕਾਨੂੰਨ ਰੱਦ ਹੋਣ ਜੀ।